ਅਸਲਾਮੁਅਲੈਕੁਮ ਬਈ, ਮੇਰਾ ਨਾਮ ਹੈ ਮੁਹੰਮਦ ਬਿਲਾਲ। ਤੁਸੀਂ ਯੂਟਿਊਬ ਚੈਨਲ ਦੇ ਪੈਣੇ ਹੈ ਬਿਲਾਲ ਪੇਂਡੂ ਦੇ ਨਾਂ ਤੋਂ। ਅੱਜ ਅਸਾਂ ਕੱਲ੍ਹ ਆਇਆ ਸੀ ਕਣਕ ਨੂੰ ਹੱਥ, ਅੱਜ ਹੁੰਦੀ ਪਈ ਹੈ ਰੇਪਰ, ਅਤੇ ਕਣਕ ਵੀ ਵੱਡਾ ਹੀ ਰੇਪਰ 'ਤੇ। ਤੁਹਾਨੂੰ ਰੇਪਰ ਵੀ ਪੁੱਛਿਆ ਸੁਣਿਆ ਨਾ ਕਿ ਆਪਦੇ ਅੱਬੂ ਨੂੰ ਛੱਡਣ ਕਰੂੰ, ਬਈ ਰੇਪਰ ਵਾਲਾ ਹੁੰਦਾ ਪਿਆ ਅਤੇ ਖਾਲਾ ਵਗੈਰਾ ਢਾਹਣਾ ਸੀ ਥੱਲੇ। ਰੇਪਰ ਵਾਲੇ ਕੀਤਾ ਫੋਨ, ਬਈ ਮੈਂ ਆਉਂਦਾ ਪੀਆਂ ਅਤੇ ਤੁਸੀਂ ਖਾਲ ਵਗੈਰਾ ਢਾਓ, ਅਤੇ ਮੈਂ ਹੁਣ ਜਾਣ ਕੇ ਆਪਦੇ ਅੱਬੂ ਨੂੰ ਛੱਡਣ। ਉਸ ਖਾਲਾ ਢਾਹ ਅਤੇ ਨਾ ਰੇਪਰ ਆ ਜਾ ਸੀ, ਅਤੇ ਬਾਅਦ ਰੇਪਰ 150 250 ਉਸ ਨੂੰ ਵੀਡੀਓ ਬਣਾ ਕੇ ਤੁਹਾਨੂੰ ਵੀ ਕਹੀ ਸੂ। ਜਿਹੜੀ ਕਣਕ ਅਸਾਂ ਵੱਡੀ ਆਈ ਨਾ ਉਸ ਲਈ ਬਾਹਰ ਨਹੀਂ, ਤੁਹਾਨੂੰ ਪਹਿਲੇ ਕਣਕ ਵੀ ਕਹਿੰਦੇ ਮੇਰੇ ਅੱਬੂ ਖਾਲਾ ਬਣਾ ਦਿੱਤਾ, ਅਤੇ ਹੁਣ ਫਿਰ ਦੇਖਣੇ ਗੱਡੀ ਵਾਲੇ ਦਾ ਇੰਤਜ਼ਾਰ, ਵੀ ਜਿਵੇਂ ਗੱਡੀ ਵਾਲਾ ਆਉਂਦਾ ਅਤੇ ਉਹ ਵਢਵਾਈਨੇ ਕਣਕ। ਤੁਹਾਨੂੰ ਵੀ ਕਹਿੰਦੇ ਪਹਿਲੇ ਨੰਬਰ 'ਤੇ ਵੀ ਅਸਾਂ ਕਿਵੇਂ ਬੰਨੀ। ਵੇਖੋ ਇੱਥੇ ਵੀ ਬੰਨੇ ਪੈ ਨੇ, ਕਣਕ ਮੇਰੀ ਖੜੀ ਹੈ ਮਾਸ਼ਾਅੱਲਾ, ਸਾਰੀ ਸਾਈਡ ਸਾਈਡ ਵਾਲੀ ਵੜ ਲਈ ਹੈ, ਤਾਂ ਹੁਣ ਗੱਡੀ ਵਾਲੀ ਦੇ ਇੰਤਜ਼ਾਰ 'ਚ ਬੈਠੇ ਹਾਂ ਬਈ ਅਮਸੀ ਤੇ ਕਣਕ ਵਟਾ ਦੇ ਅਤੇ ਇਹਨੂੰ ਬੰਨਣਾ ਵੀ ਹੈ, ਉਸ ਤੋਂ ਬਾਅਦ ਕਢਾਉਣੀ ਵੀ ਹੈ। ਤੁਸੀਂ ਵੇਖ ਪਿਆ ਹੋਵੇ ਮੇਰੇ ਨਾਲ ਪਈ ਹੈ ਪਾਣੀ ਵਾਲੀ ਬੋਤਲ, ਹੁਣ ਪਾਣੀ ਪੀਤਾ ਤਾਂ ਮੈਂ ਕਿਹਾ ਵੀਡੀਓ ਬਣਾ ਲਵੀਏ। ਇਹਨੂੰ ਮੱਕੀ ਲੱਗੀ ਹੋਈ ਹੈ, ਇਹ ਖਾਲੇ ਵਗੈਰਾ, ਵੇਖੋ ਪਾਣੀ ਖੜਾ ਹੀ ਤੋਂ ਸੋ ਵਗੈਰਾ ਪੁੱਛੀ ਨਹੀਂ ਉਹਨੇ, ਗੱਡੀ ਦਾ ਰਾਹ ਬਣਾਈਂਦਾ ਖੜਾ, ਗੁਹਾਈ ਪਾਣੀ ਇਸ ਵਜ੍ਹਾ ਤੋਂ ਮੇਰਾ ਬੂ ਕੋਈ ਲੈ ਤਾ ਤਾਂ ਪਾਣੀ ਰਾਹ ਬਣਾਈਂਦਾ ਖੜਾ। ਵੇਖੋ ਰੇਪਰ ਆ ਗਈ ਹੈ ਸਾਡੇ ਕਣਕ ਵੱਡਦਾ ਪੀ ਹੈ, ਅਤੇ ਅਸਾਂ ਹੁਣ ਥੋੜ੍ਹੀ ਜਿਹੀ ਕੰਮ ਕਰ ਰਹੇ ਬਣਾ ਕੇ ਵੱਢਣਾ ਸ਼ੁਰੂ ਕਰ। ਵੇਖੋ ਵੀ ਇਹ ਸਾਈਡਾਂ ਸਾਰੀਆਂ ਉਡੀਕ ਗਈਆਂ, ਹੁਣ ਗੱਡੀ ਵੱਢਦੀ ਵਧੀ ਹੈ ਰੇਪਰ, ਅਤੇ ਮੈਂ ਇਹ ਵੇਖੋ ਹੁਣ ਤੁਹਾਨੂੰ ਦੁਬਾਰਾ ਵੀ ਰੇਪਰ ਕਿਸ ਤਰੀਕੇ ਨਾਲ ਵੱਢਦੀ ਪਈ ਹੈ। ਕਣਕ ਸਾਡੀ ਵੱਢੀ ਜਾਂਦੀ ਹੈ, ਅਤੇ ਅਸਾਂ ਰੇਪਰ ਵੱਡੀ ਵੱਡੀ ਕਣਕ ਸਾਡੀ ਮਾਸ਼ਾਅੱਲਾ ਕਣਕ ਹੁਣ ਪਤਾ ਕਿਵੇਂ ਐਵਰੇਜ ਆਉਂਦੀ ਹੈ ਇਹਦਾ ਕੋਈ ਪਤਾ ਨਹੀਂ ਆ ਰਹੀ ਤਾਂ ਚਲਾ। ਵੇਖਦੇ ਪਏ ਹੋ ਵੀ ਰਮਾਨ ਖਾਂ ਹੀ ਮੇਰੇ ਥੱਲੇ, ਅਤੇ ਤਾਂ ਮੇਰੀ ਕਣਕ ਵੱਡੀ ਨਹੀਂ ਪਈ ਜਦੋਂ ਰਮਾਨ ਖਾਂ ਬਸ ਜੀ ਕਣਕ ਵੇਖਣ। ਇਹ ਵੇਖੋ ਵੇਖੋ ਤਰਤੀਬ ਨਾਲ ਵੱਡੀ ਪਈ ਹੈ ਪੇਪਰ, ਅਤੇ ਤਰਤੀਬ ਨਾਲ ਹੀ ਵੱਡੀ ਹੁੰਦੀ ਹੈ ਇੱਥੇ ਠਾਕ ਕੀ ਹੈ ਉੱਤੇ ਸਵੇਮ ਬੰਦ। ਉਸ ਤੋਂ ਬਾਅਦ ਗੱਡੀ ਮਸ਼ੀਨਾਂ ਦੀ ਵੀਡੀਓ ਬਣਾਉਂਦੇ ਹਾਂ, ਅਤੇ ਅਸਾਂ ਬੈਠੇ ਠਾਕ ਅਤੇ ਬੜਾ ਮਜ਼ਾ ਆਉਂਦਾ ਪਿਆ ਹੈ ਛਾਵੇਂ ਬੈਠੇ, ਅਤੇ ਪਿਆ ਉਹ ਵੀ ਟਾਲੀ ਦੀ ਛਾਵੇਂ, ਅਤੇ ਬੋਤਲ ਸਾਡੇ ਕੋਲ ਪਈ ਹੈ ਜਾਂ ਬੋਤਲ ਪੀਣੀ ਨਹੀਂ ਹੋਵੇ ਤਾਂ ਦੱਸੇ ਕੋਕ ਦੀ ਬੋਤਲ ਹੈ ਸਵਾ 2 ਲੀਟਰ ਮੇਰੇ ਮਾਨ ਖਾਂ। ਵੇਖੋ ਟਰੈਕਟਰ ਆਉਂਦਾ ਪਿਆ ਆ ਰਿਹਾ ਪਰ ਵੱਢਦੀ ਹੁੰਦੀ ਹੈ ਕਣਕ, ਤੋਂ ਸਵੇਰ ਦੇ ਪੈ ਬਈ ਬੜੀ ਸਪੀਡ ਨਾਲ ਵੱਢਦੀ ਪਈ ਹੈ, ਇਹ ਸਾਰੀ ਇਹ ਵੱਢੀ ਗਈ ਹੈ ਅਤੇ ਇਹ ਰਾਂਦੀ ਪਈ ਹੈ। ਵੇਖੋ ਜ਼ਿਆਦਾ ਵੱਢੀ ਗਈ ਹੈ ਬਸ ਹੁਣ ਰਾਂਦੀ ਹੈ ਥੋੜ੍ਹੀ ਜਿਹੀ, ਇਹ ਗੱਡੀ ਆਉਂਦੀ ਪਈ ਹੈ ਯਾਨੀ ਕਿ ਇੱਕ ਫੇਰਾ ਲੈ ਤਾ ਅਤੇ ਇਹ ਵੱਢਦੇ ਤੋਂ ਬਾਅਦ ਦੂਸਰੇ ਸਾਈਡ ਵੱਲ ਵੱਢ ਸੀ, ਅਤੇ ਤੁਸੀਂ ਵੇਦ ਪੈ ਪਈ ਹੈ ਕਣਕ ਖੜੋਤੀ ਮੇਰੀ, ਅਤੇ ਮੈਂ ਹੁਣ ਤੁਹਾਨੂੰ ਗੱਡੀ ਵੀ ਕਿੰਨਾ ਵੀ ਗੱਡੀ ਕਿੱਥੇ ਪਹੁੰਚਿਆ ਜੀ, ਅਤੇ ਵੇਖੋ ਬਈ ਗੱਡੀ ਪਹੁੰਚਣਾ ਜੀ ਕਿਸ ਤਰੀਕੇ ਨਾਲ ਵੱਢੀ ਜਾਂਦੀ ਹੈ ਕਣਕ। ਕਰਦੇ ਹਾਂ ਖਤਮ, ਉਮੀਦ ਕਰਦਾ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ, ਅਸੀਂ ਅਗਰ ਪਸੰਦ ਆਈ ਉਸ 'ਤੇ ਲਾਈਕ ਅਤੇ ਸਬਸਕ੍ਰਾਈਬ ਕਰ।